हाँ जी, तो आप हम गड्डी च बह गए हैं, तो इधर दीदी भी आ गए। मर गई इदा बह के, ऐसे नहीं बोली दा, ऐदा नहीं बोली दा। और की बोला, मैं चाहती हाँ वेखो साडे गड्डी किन्ना इन्होंने खलारा पा दिता, ते सानू मजबूर असि खलारे च नहीं बैठना। संदीप बाय, कुछ नहीं लेना, अपने खिलाड़ी रख लो। बाय, फोन कर लियो, फोन करे चल जाओ ना, सानू जान दो, फिर ही जाके नहीं फिर कल जाऊंगी। बाय, ध्यान रखियो। ਜੀ ਤੇ ਆਪਾਂ ਹੁਣ ਤੁਰ ਪਏ ਆ ਲੈ ਤੇ ਮਿੱਤਰਾ, ਇਹ ਤੇਰ ਬਹੁਤ ਪਿੰਦੀ ਹੈ। ਕੀ ਚੱਕਰ ਹੈ? ਹਾਂਜੀ, ਤੇ ਆਪਾਂ ਹੁਣ ਬਟਾਲੇ ਪਹੁੰਚ ਗਏ ਆ। ਹਾਂ ਡੀ ਜੇ ਵੀ ਗੱਡੀ ਆ, ਤੇ ਮੇਰਾ ਆਪਣਾ ਹੀ ਪ੍ਰੋਪਮ ਦੇ ਉੱਤੇ ਆ। गैस दी वाशर खराब करती, इस बंदे ने मेनू कहा मेरी सारी तैयार है, मैं सिलेंडर चक के लिया, चाके लिया फिर रात कहता गैस नहीं भरन दी, गैस भरी हूं गैस लीक कर, गैस लीक भी कर ਚਲਾਉਣਾ ਸਿਸਟਮ ਵੀ ਨਹੀਂ ਚੱਲਦਾ ਪਿਆ। ਤੂੰ ਬੰਦਾ ਪੁੱਛੋ ਤੇ ਰੋਟੀ ਕਿੱਦਾਂ ਖਾਵਾਂਗੇ, ਉਹ ਬਣੀ ਛਗਣਾ। ਹਾਂਜੀ ਜੀ, ਆਪਾਂ ਪਹੁੰਚ ਗਏ ਜੰਮੂ, ਤੇ ਇੱਥੇ ਪਹੁੰਚ ਗਏ ਆਪਾਂ, ਤੇ ਟਾਈਮ ਹੋ ਗਿਆ 9:30। ਲੈ ਪੀ ਮਿੱਤਰਾ, ਜੰਮੂ ਦੇ ਪਹਾੜਾਂ ਚ ਪਹੁੰਚ ਗਏ ਆਪਾਂ, ਤੇ ਚਲੋ ਜੀ ਆਪਾਂ ਚੱਲਦੇ ਆ। ਤੇ ਅਸੀਂ ਸ਼ਾਮ ਨੂੰ 6:30 ਵਜੇ ਪਹੁੰਚ ਜਾਣਾ ਇੱਥੇ ਸ਼੍ਰੀਨਗਰ। ਮੌਸਮ ਬਹੁਤ ਵਧੀਆ ਹੋ ਗਿਆ, ਆਪਾਂ ਪਹੁੰਚ ਜਾਣਾ ਬਸ ਛੇਤੀ। ਖਾਣਾ ਉਸਤਾਦ ਜੀ ਸਹੀ ਆ? ਓਕੇ ਬੋਲ ਰਿਹਾ, ਬਸ ਮੈਨੂੰ ਚਾਹ ਪਿਆ ਦੋ ਕਿਤੇ ਗੱਡੀ ਰੋਕ ਕੇ। ਹਾਂ ਚਾਹ ਪੀਂਦੇ ਆ, ਕਾਨੇ ਗੜਵੀ ਚਾਹ ਪੀਣੀ ਆ, ਕਾਨੇ ਗੜਵੀ ਚਾਹ ਹਨ। ਪਹਾੜੀਆਂ ਹਾਂਜੀ ਜੀ, ਆਪਾਂ ਪਹੁੰਚ ਚੁੱਕੇ ਹਾਂ ਪਹਾੜਾਂ ਵਿੱਚ, ਅਤੇ ਹਲੇ ਤਾਂ ਉਹ ਉਧਮਪੁਰ ਇੱਥੋਂ ਕਾਫੀ ਹੈਗਾ ਵੀ ਦੂਰ ਆ, 1-2 ਘੰਟੇ ਵੀ ਲੱਗ ਜਾਣੇ ਆ, ਫਿਰ ਉਧਮਪੁਰ ਤੋਂ ਬਾਅਦ ਜਾਣਾ ਆਪਾਂ ਸ਼੍ਰੀਨਗਰ ਵੱਲ ਨੂੰ, ਉੱਥੇ ਸਾਡਾ ਹੈਗਾ ਸਟੇ ਆ, ਉੱਥੇ ਜਾ ਕੇ ਆਪਾਂ ਮੈਂ ਅਤੇ ਅਸੀਂ ਆਪਣਾ ਵੀ ਲੈਣ ਤਾਂ ਪਹਿਲਾਂ ਹੀ ਇੱਕ ਰੂਮ ਕਰ ਲਿਆ ਬੁੱਕ। ਚਾਚਾ ਜੀ ਨੂੰ ਮੈਂ ਫੋਨ ਕੀਤਾ, ਤੁਸੀਂ ਆ ਜਾਓ, ਅਤੇ ਉਹਨਾਂ ਨੇ ਵੀ ਆ ਜਾਣਾ ਪਰਸਨ ਚੌਥ ਤੱਕ, ਅਤੇ ਉਹ ਆਉਂਦਾ ਕੋਈ ਨਹੀਂ ਪਿੰਜਰਾਂ ਤੱਕ, ਤੁਸੀਂ ਇੱਥੇ ਜਾਓ, ਹੁਣ ਉਹਨਾਂ ਦੇ ਵਿੱਚ ਰੂਮ ਵੀ ਤੁਹਾਡਾ ਹੀ ਆ, ਇੰਜੋਏ ਕਰੋ ਲਾਈਫ ਦਾ, ਬੈਸਟ ਕਰੋ ਉਹਦੇ, ਅਤੇ ਲੋਕੇਸ਼ਨਾਂ ਹੈ ਘੈਂਟ ਆਉਣਗੀਆਂ, ਠੀਕ ਆ ਜੀ, ਤੁਹਾਨੂੰ ਜਾ ਕੇ ਪਹਿਲਾਂ ਮਿਲਦੇ ਉਧਮਪੁਰ, ਠੀਕ ਆ ਜੀ। ਅਤੇ ਆਪਾਂ ਹੁਣ ਪਹੁੰਚ ਗਏ ਹਾਂ ਜੰਮੂ, ਅਤੇ ਹੁਣ ਆਪਾਂ ਜਾਂਦੇ ਪਏ ਹਾਂ ਸ਼੍ਰੀਨਗਰ ਵਾਲੀ ਸਾਈਡ, ਉੱਤੇ ਇੱਧਰ ਵਿਊ ਚੈੱਕ ਕਰੋ। ਫਸਟ ਟਾਈਮ ਆਈ ਹਾਂ ਇੱਧਰ ਸ਼੍ਰੀਨਗਰ ਵੱਲ, ਤੁਸੀਂ ਵੀ ਫਸਟ ਟਾਈਮ ਆਏ? ਹਾਂਜੀ, ਅਤੇ ਆਪਾਂ ਇੱਥੇ ਹੁਣ ਥੋੜ੍ਹਾ ਟਾਈਮ ਰੁਕੇ ਸੀਗੇ, ਅਸੀਂ ਕਿਹਾ ਵੀ ਇੱਥੇ ਨਾ ਉਹ ਗੈਸ ਵਗੈਰਾ ਰੱਖ ਕੇ ਅਤੇ ਕੁਛ ਖਾਣ ਨੂੰ ਬਣਾ ਲਈਏ, ਕਿਉਂਕਿ ਭੁੱਖ ਬਹੁਤ ਲੱਗੀ ਆ, ਅਤੇ ਸ਼੍ਰੀਨਗਰ ਜਾਣ ਨੂੰ ਤਾਂ ਹਲੇ ਬਹੁਤ ਟਾਈਮ ਲੱਗਣਾ ਵਾ, ਤਦ ਕਰਕੇ ਅਸੀਂ ਇੱਥੇ ਥੋੜ੍ਹਾ ਟਾਈਮ ਰੁਕ ਗਏ ਹਾਂ। ਇੱਧਰ ਦੇ ਤਾਂ ਰਸਤੇ ਹੀ ਬੜੇ ਖਤਰਨਾਕ ਜਿਹੇ ਆ ਕਿ ਸਿਰ ਘੁੰਮਣ ਡਹਿ ਪਿਆ ਵਾ। ਵਿਊ ਚੈੱਕ ਕਰੋ ਕਿੰਨਾ ਘੈਂਟ,
ਤੇ ਹੁਣ ਆਪਾਂ ਇੱਥੇ ਬਣਾਵਾਂਗੇ ਮੈਗੀ ਜਾਂ ਪਾਸਤਾ। ਹਾਏ ਇੱਧਰ ਦੇਖੋ ਕਿੰਨੀ ਵੱਡੀ ਖੱਡ ਆ ਹਾਏ ਡਾਰ ਇੱਧਰ ਗਾਇਆ ਦੇਖੋ ਜੀ ਗਾਇਆ ਹੁਣ ਆਪਾਂ ਇੱਥੇ ਕੁਝ ਖਾਣ ਨੂੰ ਬਣਾਵਾਂਗੇ ਤੇ ਮੈਂ ਝਾੜੂ ਲੱਭਿਆ ਨਹੀਂ ਤੇ ਮੈਂ ਇਹਨਾਂ ਝਾੜੂ ਮਾਰਨ ਡਿਆ ਵੀ ਨੰਨੂ ਮੇਰੀ ਚੱਪਲ ਦੇ ਦੋ ਪਲੀਜ਼ ਨੰਨੂ। ਤੇ ਗੋਪੀ ਉਧਰੋਂ ਕੱਢਣ ਗਏ ਹੋਏ ਨੇ ਹੁਣ ਸਮਾਨ। लाल बा ताजी नी पास्ता करने के तैयार ਹੋਰ ਪਾਣੀ ਪਾਉਣਾ ਪੈਣਾ ਨਾ ਫਿਰ ਹੋਰ ਪਾਣੀ ਪਾ ਲੈਂਦੇ ਉਦਾ ਸਹੀ ਬਣਿਆ ਖਾ ਕੇ ਵੇਖਿਆ ਸ਼ੁਕਰ ਯਾਰ। ਹਾਂਜੀ ਜੀ ਪਾਸਤਾ ਕਾ ਹੋ ਗਿਆ ਯਾਰ ਤੇ ਨਾਲੇ ਛੋਟੇ ਜਿਹੇ ਕੱਪਲ ਮਨਪ੍ਰੀਤ ਲਓ ਜੀ ਆਪਾਂ ਬਣਾਵਾਂਗੇ ਚਾਹ ਆ ਗਿਆ ਜੀ ਤੇ ਆਪਾਂ ਉਧਰ ਨਲਕਾ ਲੱਗਾ ਹੋਇਆ ਸੀਗਾ ਤੇ ਆਪਾਂ ਇੱਥੇ ਗੱਡੀ ਰੋਕ ਲਈ ਤੇ ਜਿਹੜੇ ਬਰਤਨ ਧੋਣ ਵਾਲੇ ਸੀਗੇ ਉਹ ਆਪਾਂ ਸਾਫ਼ ਕਰ ਲਿਆ ਤੇ ਹੁਣ ਆਪਾਂ ਗੈਸ ਘਟਾਓ ਪਾਣੀ ਗੁੰਗਣ ਪਾਊਡਰ ਲਿਆਓ ਉਹ ਭੱਜ ਕੇ ਪਾਪੇ ਦੀਦੀ ਤੇ ਆਪਾਂ ਦੂਜਾ ਦੁੱਧ ਲਿਆਉਣਾ ਸੀ ਤੇ ਸੁੱਕਾ ਦੁੱਧ ਲੈ ਲਿਆ ਸੀ ਤਾਂ ਫਿਰ ਇਹਦਾ ਮੈਂ ਹੁਣ ਚਾਹ ਬਣਾਵਾਂ ਆਲੋ ਚਮਚ ਲੈ ਕੇ ਆਵਾਂ ਹੁਣ ਹਾਂ ਫੜੋ ਸਕੋਪ ਵੀ ਨਹੀਂ ਹੈ ਕੱਢੀ ਹੁਣ ਗਲਾਸ ਚਾਰ ਤੇ ਇੱਧਰ ਭਾਈ ਲੜ ਪਈ ਆ ਫੜਿਓ ਰੱਖਿਓ ਵੀ
ਨਹੀਂ ਸੁਣਨੀ ਤੇ ਪੰਜਾਬ ਨਹੀਂ ਆੜਨ ਹੱਸਣਾ ਪੇੜ ਮਾਰਾਂ ਹੁਣ ਇੱਕ ਮੱਥੇ ਨੇ ਮਾਰਨੀ ਕੋਲੇ ਪਤਾ ਨਹੀਂ ਲੱਗਣਾ ਕਿਹਨੇ ਮਾਰਨੀ ਇਹ ਲੈ ਕੇ ਨਾ ਬਾਂਦਰੀ ਜੱਪਣ ਲਾ जगह देखो किथे लंबी बैठने मैं बैठी मेरा कहता मैं क्यों पीछे रहा मैं क्या बैठी हूं ना मैं खेल जाऊंगी साडे ड्राइवर साहब उधर गड्डी च सुते हुए आ ते आपा हुन तुसी सारे जने सोचदे होणे आ वी आपा कढ़ाई च चाह क्यों बनाई कढ़ाई च आपा चाह ता बनाई है क्योंकि असी चाह वाला पतीला नहीं लेके आए हैगे ओ घर भुल्ला ना चाह पानी लेके आए हैं ना सी चाह पानी लेके आए हैं ना पानी लेके आए हैं और की नहीं लेके आए पर चाह फिर भी वधिया बन गई कढ़ाई से असि क्या सी ना तो तहु सारे भी असि उत्थे जाके कुछ बकरा ही करा बस हम बकरा ही करते पे हैं हांजी ते मैं थोड़ी देर सो गई सी ए ते गुरलाल चले गए आ सिम लैन ते तद करके सानू पता ही नहीं लगा सी कदों सो गए आ ते उस तो बाद आपां खादे गोल गप्पे हूँ आप पेट्रोल पंप से आए हैं खड़े हुए हैं जी ने वॉशरूम जाना तद करके बाकी यार थकावट बहुत ज़्यादा हो गई इतने तो गोपी का बेचारे बाड़े करते पे अरे गोल गप्पे इन्ने ज़्यादा टेस्टी 80 रुपए के बॉस अस चार जने ने खाधे सिर्फ 80 रुपए इन्ने टेस्टी गोल गप्पे मैं सुन के रहा मैं बस इन्ने के पैसों के बड़ी टेस्टी सी जे घेंट हो गया सड़क पूरी नजारेदार मलाई वांगू शुक्र हां थोड़ी खराब ही जन्नत इलाका चले आप टर्नल दे सतनाम ਨੰਨੇ ਇਹ ਉਦਾਂ ਹੀ ਹੈਗੀ ਹੈ ਨਾ ਤਾਂ ਗਲੀ ਟਨਨ ਵਰਗੀ ਇੱਥੇ ਵੀ ਮੈਨੂੰ ਲੱਗਦਾ ਆਣ ਕੇ ਉਹ ਕੁੜੀ ਬਣੀ ਵਾਓ ਵਾਓ ਸੱਚ ਹੈ ਤੇ ਮਜ਼ਾ ਆਉਂਦਾ ਪੂਰਾ ਹਣਾ ਹਾਂਜੀ ਹਾਂਜੀ ਬੰਦਾ ਬਣਾ ਉਹਦਾ ਪੂਰਾ ਉਹਦਾ ਮਜ਼ਾ बाहर पहुंच गए गड्डी
ਠੰਡ ਰੱਖਣੇ ਆ ਹਣਾ ਹੈਗੀ ਨਾ ਲੈ ਵੀ ਬਹੁਤ ਠੰਡ ਹਲੇ ਤੇ ਤੇ ਹੁਣ ਆਪਾਂ ਪਹੁੰਚ ਗਏ ਆ ਸ਼੍ਰੀਨਗਰ ਤੇ ਇੱਧਰ ਗੱਡੀ ਤੋਂ ਹੋ ਰਹੀ ਇੱਧਰ ਗੱਡੀ ਤੋਂ ਹੋ ਰਹੀ ਆ इधर गड्डियां बहुत ही ज्यादा तेज चलाते हैं बहुत ही ज्यादा कुछ नहीं देते अन्ने वाई गड्डिया चलाते पहाड़ी से हले भी धोपा पर बड़ी ठंड हो पी है यार गड्डी हुण वॉश हो गई आ इधर पानी पता नहीं किधरली साइड तो धुप पाई पा रहे हैं पर पानी कि वेस्ट हो रहा पानी वेस्ट नहीं करना चाहिए हाए आ पानी बड़ा ही ठंडा वा ओह माय गॉड हुण फिर एक बार गड्डी दोबारा धो होण लगी आ पर पानी भी इदा वेस्ट हुंदा चलो जे गड्डी वॉश करनी फिर तो सही आ पर इदा ही वेस्ट ही चल रहा वा पानी इत्थे पानी इदा वेस्ट नहीं करना चाहिदा इधर पहाड़ी इलाके दे विच ना एक्सीडेंट आ जिहड़े बहुत ही ज्यादा हुंदे हाँ जी जी आप पीने गए चाय तो ठंड बहुत ज़्यादा हो गई है मैं नंगे पैर हाँ तो पीन गए आप चाय तो आ जाओ मन दूध उधर वो स्वेट होनी तो वीर हम चाह बना लग पे मुंडा आया कला ही आया बेचारा चाह बनती तो है इत बहुत ठंड आ जम्मू कश्मीर इतने सारा है 100 किलोमीटर नौ साढ़े पांपुर तो इतों रह गया 9 बजे तो पहले पहले पहुंच जाएंगे चलो कोई नहीं चाह पीए फिर आप जाने चल कोई लो भी असि हम चाह पी गए सारे सियाने चले पर चले पांपुर गल कर लो जी चाचे ने फोन करता वो आंदे भी पांपुर आ जाओ ओते हैगा भी एक रूम साडे वास्ते स्पेशल लिया चाचे ने लिया 5-star होटल च भावे यार है तो सही ना पर बस चल जे है यार है की जा ते जगह होनी चाहिए जिसे मर्जी होवे जे बस सही ना बहुत सोहनी है चलो वाओ 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 क्या नजारा हांजी फिर मित्रों जेडी गोपी भी ने चाह मंगवाई सी ना उत्थे ओदे नाल जेडे फैन मंगाए सी ना गोपी भी ने कही कचौड़ी ते उन्होंने देते फैन चलो कोई गल नहीं आपां खान लग गए आपां कोई गल नहीं जो परोस दिता वो खा लैने आ पर जो आप खादे साडे मुंह दे विच बुरा घेई के जम गया है ना दीदी ते होर की जीव ते जम दसो इन्हां नूं कि अगे तो इदां दी कोई चीज
लो जी असि पांपुर पहुंच गए चाचा जी सानू लैन आन लगे बस लगेगा ढाबा शर्मा ढाबा है ना घड़ी पर ਆਪਾਂ ਪਹੁੰਚ ਗਏ ਹਾਂ ਤੇ ਆਪਾਂ ਤੇ ਹੁਣ ਕਰਨਗੇ ਸਬਜ਼ੀ ਤਿਆਰ ਫਿਰ ਖਾਣਾ ਖਾ ਕੇ ਫਿਰ ਆਪਾਂ ਸੌਣ ਲੱਗਦਾ ਸਵੇਰੇ ਆਪਾਂ ਬਿੰਨੇ ਆ ਪਿਓ ਆਪਾਂ ਕਿੱਥੇ ਜਾਣਾ ਮੇਰੇ ਚਾਚੇ ਨੂੰ ਪੁੱਛਾਂਗੇ ਕੀ ਹਿਸਾਬ ਦਾ ਹੈ ਕਿੱਦਾਂ ਨਹੀਂ ਹੈ ਕਿੱਦਾਂ ਨਹੀਂ ਹਾਂਜੀ ਤੇ ਹੁਣ ਆਪਾਂ ਤੇ ਇੱਧਰ ਆਪਾਂ ਆਟਾ ਵੀ ਗੁੰਨ ਲਿਆ ਆ ਸਬਜ਼ੀ ਬਣ ਗਈ Thank you.